ਆਪਾਂ ਸਟਾਰਟ ਕਰਨ ਲੱਗੇ ਹਾਂ ਆਪਣੀ ਐਕਸਰਸਾਈਜ਼ 3.5 ਦਾ ਕੁਐਸਚਨ ਨੰਬਰ 2nd। ਪਹਿਲਾਂ ਆਪਾਂ ਕੁਐਸਚਨ ਨੰਬਰ 2nd ਦਾ ਫਸਟ ਪਾਰਟ ਕਰਾਂਗੇ। ਤਾਂ ਇਹਦੀ ਸਟੇਟਮੈਂਟ ਦੇਖੋ ਕੀ ਆ, ਫੋਰ ਵੱਟ ਵੈਲਿਊਜ਼ ਆਫ ਏ ਐਂਡ ਬੀ ਡਜ਼ ਦਾ ਫੋਲੋਇੰਗ ਪੇਅਰ ਆਫ ਲੀਨੀਅਰ ਇਕੁਏਸ਼ਨਸ ਹੈਵ ਐਨ ਇਨਫਾਈਨਾਈਟ ਨੰਬਰ ਆਫ ਸੋਲਿਊਸ਼ਨਸ। ਸਾਨੂੰ ਲੀਨੀਅਰ ਪੇਅਰ ਜਿਹੜਾ ਦਿੱਤਾ ਹੋਇਆ ਇਕੁਏਸ਼ਨਸ ਦਾ, ਇਹਨਾਂ ਨੂੰ ਆਪਾਂ 1 ਅਤੇ 2 ਮੰਨ ਲੈਂਦੇ ਹਾਂ ਦੋਨਾਂ ਸਮੀਕਰਨਾਂ ਨੂੰ। ਤਾਂ ਸਾਨੂੰ ਇਹ ਕਿਹਾ ਗਿਆ ਕਿ ਜਿਹੜੀਆਂ ਇਹ 2 ਸਮੀਕਰਨਾਂ, ਇਹਨਾਂ ਦੇ ਵਿੱਚ ਜਿਹੜਾ ਏ ਅਤੇ ਬੀ ਆ ਰਹੀ ਆ ਇਹਦੀ ਤੁਸੀਂ ਵੈਲਿਊ ਫਾਈਂਡ ਕਰੋ। ਅਤੇ ਉਹਦੀ ਕੰਡੀਸ਼ਨ ਉਹਨਾਂ ਨੇ ਕੀ ਦਿੱਤੀ ਵੀ ਆ ਵੀ ਜੇ ਜਿਹੜੀਆਂ ਉਹ ਵੈਲਿਊਜ਼ ਆ ਉਹਨੂੰ ਪੁੱਟ ਕਰਨ ਤੋਂ ਬਾਅਦ ਇਹ ਜਿਹੜੀਆਂ ਸਮੀਕਰਨਾਂ ਜਾਂ ਇਕੁਏਸ਼ਨਸ ਆ ਇਹਨਾਂ ਦਾ ਇਨਫਾਈਨਾਈਟ ਨੰਬਰ ਆਫ ਸੋਲਿਊਸ਼ਨਸ ਬਣ ਜਾਂਦੇ ਆ। ਪੰਜਾਬੀ ਦੇ ਵਿੱਚ ਕੀ ਆ ਵੀ ਅਨੇਕ ਹੱਲ ਆ ਇਹਨਾਂ ਦੋਨਾਂ ਸਮੀਕਰਨਾਂ ਦੇ। ਤਾਂ ਜਿਵੇਂ ਕਿ ਆਪਾਂ ਬਹੁਤ ਵਾਰੀ ਰਿਵਾਈਜ਼ ਕਰ ਚੁੱਕੇ ਹਾਂ ਕਿ ਸਮੀਕਰਨਾਂ ਦੇ ਜਿਹੜੇ ਹੱਲ ਆ ਉਹ 3 ਤਰ੍ਹਾਂ ਦੇ ਹੁੰਦੇ ਆ। ਇੱਕ ਕੀ ਹੁੰਦਾ, ਯੂਨੀਕ ਸੋਲਿਊਸ਼ਨ, ਨੋ ਸੋਲਿਊਸ਼ਨ ਅਤੇ ਇਨਫਾਈਨਾਈਟ ਮੈਨੀ ਸੋਲਿਊਸ਼ਨ। ਇੱਕ ਵਿਲੱਖਣ ਹੱਲ, ਦੂਜਾ ਕੋਈ ਹੱਲ ਨਹੀਂ ਅਤੇ ਤੀਜਾ ਅਨੇਕ ਹੱਲ। ਤਾਂ ਹੁਣ ਸਾਨੂੰ ਇਹਨਾਂ ਦੋਵਾਂ ਸਮੀਕਰਨਾਂ ਦੇ ਉਹਨਾਂ ਨੇ ਪਹਿਲਾਂ ਹੀ ਕਿਹਾ ਵਿਆ, ਪਹਿਲਾਂ ਅਸੀਂ ਜਿਹੜੇ ਸਵਾਲ ਕਰਦੇ ਸੀ ਉਹਦੇ ਵਿੱਚ ਅਸੀਂ ਹੱਲ ਪਤਾ ਕਰਦੇ ਸੀ ਕਿ ਸਮੀਕਰਨਾਂ ਦੇ ਹੱਲ ਕਿਹੜੇ ਆ। ਪਰ ਇਹਦੇ ਵਿੱਚ ਸਾਨੂੰ ਆਲਰੇਡੀ ਕਿਹਾ ਗਿਆ ਕਿ ਇਹਨਾਂ ਦੋਨਾਂ ਸਮੀਕਰਨਾਂ ਦੇ ਇਨਫਾਈਨਾਈਟ ਮੈਨੀ ਸੋਲਿਊਸ਼ਨਸ ਆ, ਮਤਲਬ ਕਿ ਇਹਦੇ ਅਨੇਕ ਹੱਲ ਆ। ਤਾਂ ਅਨੇਕ ਹੱਲ ਦੀ ਕੰਡੀਸ਼ਨ ਕੀ ਹੁੰਦੀ ਆ, ਹੁਣ ਅਸੀਂ ਉਹ ਲਿਖਾਂਗੇ। A1 over A2, B1 over B2 ਇਜ਼ ਇਕੁਅਲ ਟੂ C1 over C2। ਤਾਂ ਅਨੇਕ ਹੱਲ ਜਦੋਂ ਐਕਸ ਦੇ ਕੋਫੀਸ਼ੀਐਂਟਸ ਦਾ ਅਨੁਪਾਤ, ਵਾਈ ਦੇ ਕੋਫੀਸ਼ੀਐਂਟਸ ਦਾ ਅਨੁਪਾਤ ਅਤੇ ਜਿਹੜੀ ਕੋਂਸਟੈਂਟ ਦਿੱਤੀ ਵੀ ਆ ਉਹਨਾਂ ਦੇ ਕੋਫੀਸ਼ੀਐਂਟਸ ਦਾ ਅਨੁਪਾਤ ਆਪਸ ਦੇ ਵਿੱਚ ਬਰਾਬਰ ਹੁੰਦਾ, ਤਾਂ ਉਦੋਂ ਅਨੇਕ ਹੱਲ ਹੁੰਦੇ ਆ ਸਮੀਕਰਨ ਦੇ। ਤਾਂ ਅਸੀਂ ਪਹਿਲਾਂ ਆਪਣੀ ਉਹ ਕੰਡੀਸ਼ਨ ਲਿਖ ਲਈ ਕਿਉਂਕਿ ਸਾਨੂੰ ਉਹਨਾਂ ਨੇ ਪਹਿਲਾਂ ਹੀ ਕਿਹਾ ਹੋਇਆ ਵੀ ਇਹਦੇ ਜਿਹੜੇ ਏ ਅਤੇ ਬੀ ਦੀ ਵੈਲਿਊ ਪੁੱਟ ਕਰਨ ਤੋਂ ਬਾਅਦ ਇਨਫਾਈਨਾਈਟ ਸਲਿਊਸ਼ਨ ਹੋਣਗੇ, ਮੈਨੀ ਸਲਿਊਸ਼ਨ ਹੋਣਗੇ, ਇਨਫਾਈਨਾਈਟ ਨੰਬਰ ਆਫ ਸਲਿਊਸ਼ਨਸ ਹੋਊਗਾ। ਤਾਂ ਹੁਣ ਪਹਿਲਾਂ ਆਪਾਂ ਲਿਖੀਏ ਬੇਟਾ A1। ਤਾਂ ਦੇਖੋ A1 ਕੀ ਆ, ਐਕਸ ਦੇ ਕੋਫੀਸ਼ੀਐਂਟ A1 ਹੋ ਗਿਆ 2 ਬਟਾ। ਹੁਣ ਐਕਸ ਦਾ ਇੱਧਰ ਦੂਜੀ ਸਮੀਕਰਨ ਵਿੱਚ ਕੋਫੀਸ਼ੀਐਂਟ ਤੁਹਾਨੂੰ ਜਿਵੇਂ ਕਿ ਮੈਂ ਦੱਸਿਆ ਹੀ ਆ ਕਿ ਗੁਣਾਂਕ ਕੀ ਹੁੰਦਾ, ਜਿਹੜਾ ਐਕਸ ਦੇ ਨਾਲ ਹੋਰ ਜੋ ਕੁਛ ਵੀ ਲੱਗਿਆ। ਤਾਂ ਇਹਦੇ ਵਿੱਚ ਕੀ ਲੱਗਿਆ, A-B। B1 ਵਾਈ ਦਾ ਗੁਣਾਂਕ ਹੋ ਗਿਆ 3 ਅਤੇ ਇੱਥੇ ਵਾਈ ਦਾ ਗੁਣਾਂਕ ਕਿੰਨਾ ਹੋ ਗਿਆ, A+B। ਤੀਜਾ ਬੇਟਾ C1 ਹੋ ਗਿਆ 7 ਅਤੇ C2 ਹੋ ਗਿਆ 3A+B-2। ਤਾਂ ਜਦੋਂ ਇਹ ਦੋਵੇਂ ਸਮੀਕਰਨਾਂ ਆਪਸ ਦੇ ਵਿੱਚ ਹੈਗੀਆਂ ਇਨਫਾਈਨਾਈਟ ਨੰਬਰ ਆਫ ਮੈਨੀ ਸਲਿਊਸ਼ਨ ਆ, ਇਹਦੇ ਅਨੇਕ ਹੱਲ ਆ, ਤਾਂ ਇਹਨਾਂ ਦੇ ਅਨੁਪਾਤ ਬਰਾਬਰ ਆ। ਜਦੋਂ ਇਹ ਤਿੰਨੇ ਬਰਾਬਰ ਆ ਇਹਦਾ ਕੀ ਮਤਲਬ ਆ ਕਿ ਇਹਨਾਂ ਦਾ ਜਿਹੜਾ ਐਕਸ ਦਾ ਕੋਫੀਸ਼ੀਐਂਟਸ ਦਾ ਜਿਹੜਾ ਅਨੁਪਾਤ ਆ, ਵਾਈ ਦਾ ਜਿਹੜੇ ਕੋਫੀਸ਼ੀਐਂਟ ਆ ਉਹਨਾਂ ਦਾ ਅਨੁਪਾਤ ਅਤੇ ਕੋਂਸਟੈਂਟ, ਇਹ ਤਿੰਨੇ ਆਪਸ 'ਚ ਬਰਾਬਰ ਆ। ਜੇ ਆਪਸ 'ਚ ਬਰਾਬਰ ਆ ਮਤਲਬ ਇੱਕ ਦੂਜੇ ਦੇ ਵੀ ਇਹ ਬਰਾਬਰ ਆ। ਕਹਿਣ ਦਾ ਭਾਵ ਕੀ ਆ ਕਿ 2/A-B ਬਰਾਬਰ ਹੈਗਾ 2A+B ਦੇ, ਅਤੇ 3/A+B ਇਹਦੇ ਵੀ ਬਰਾਬਰ ਆ, 2/A-B ਵੀ ਇਹਦੇ ਬਰਾਬਰ ਆ। ਮਤਲਬ ਇਹ ਹੋ ਗਿਆ ਕਿ ਅਸੀਂ ਜਿਹਨੂੰ ਮਰਜ਼ੀ ਇੱਕ ਦੂਸਰੇ ਦੇ ਬਰਾਬਰ ਲਿਖ ਸਕਦੇ ਹਾਂ, ਅਤੇ ਉਹਦੇ ਤੋਂ ਸਾਡੇ ਕੋਲ ਆਪਣਾ A ਅਤੇ B ਦਾ ਜਿਹੜਾ ਮੁੱਲ ਆ ਉਹ ਆ ਜਾਊਗਾ। ਤਾਂ ਆਪਾਂ ਕੀ ਕਰਾਂਗੇ, ਪਹਿਲਾਂ ਅਸੀਂ ਪਹਿਲੀਆਂ ਜਿਹੜੀਆਂ ਇਹ 2 ਕੋਫੀਸ਼ੀਐਂਟਸ ਆ, ਯਾਨੀ ਕਿ 2 ਅਨੁਪਾਤ ਆ, ਉਹਨਾਂ ਨੂੰ ਬਰਾਬਰ ਲਿਖ ਲਿਆ, ਅਤੇ ਫਿਰ ਆਪਾਂ ਚਾਹੇ ਤਾਂ ਪਹਿਲੇ ਅਤੇ ਤੀਜੇ ਨੂੰ ਬਰਾਬਰ ਲਿਖ ਲਈਏ, ਚਾਹੇ ਦੂਜੇ ਅਤੇ ਤੀਜੇ ਨੂੰ ਲਿਖ ਲਈਏ, ਸਾਡਾ ਆਨਸਰ ਆ ਜਿਹੜਾ ਉਹ ਸੇਮ ਆਊਗਾ। ਤਾਂ ਹੁਣ ਅਸੀਂ ਪਹਿਲਾਂ ਇਹਨੂੰ ਸੋਲਵ ਕਰੀਏ। ਸੋਲਵ ਕਰਨ ਦਾ ਤਰੀਕਾ ਕੀ ਆ, ਅਸੀਂ ਇਹਦੀ ਕ੍ਰੋਸ ਮਲਟੀਪਲੀਕੇਸ਼ਨ ਕਰ ਦਾਂਗੇ। A-B ਨਾਲ ਹੁਣ 2 ਦੀ ਗੁਣਾ ਹੋਈ A ਨਾਲ, 2A+2B ਬਰਾਬਰ 3A-3B।
हुण आपां इहनूं ना एक समीकरण बनाउणा तां उहदे लई आपां जिहड़ियां बराबर तो दूजे पासे पए आ इधर ले आवांगे इक्वैलिटी तो तां हुण जिवें जमा दा तीन आ इधर आ के माइनस दा तीन हो गया माइनस दा तीन इधर आ के प्लस दा तीन भी हो गया तो उत्थे की बच गई जीरो। हुण जदों आपां सोल्व किया दो ए दे विच्चों जदों आपां माइनस दे तीन ए किते घटाए छोटी रकम विच्चों वड्डी घटाई तां साडा आंसर आ जूगा माइनस द ए। फिर टू बी ते थ्री बी दोवें प्लस दे आ तां ए प्लस हो जाणगे ए बन गया पांच बी बराबर जीरो। ए साडी एक समीकरण आ जिहड़ी ओह बन गई इहनूं आपां ए रहिण दिंदे आ। हुण आपां साडा अगे सामा जिहड़ा उहनूं सॉल्व करदे आ। हुण असीं वेखो आ दोनों नूं बराबर लै लैंदे आ तीन बटा ए जमा बी बराबर सत्त बटा तीन ए प्लस बी माइनस दे दो। इन्हां दी फिर क्रॉस मल्टीप्लाई हो जाऊगी आपां इहनूं सीधा भी ऐं लिख सकते हैं क्रॉस पाउण दी जरूरत नहीं हैगी उहदे नाल थोड़ा अनटाइडी हो जाता। सत्त तां आ ए प्लस बी दूसरे पासे चला गया। हुण आपां इहनां दी मल्टीप्लीकेशन कर दांगे थ्री थ्री जर नाइन ए थ्री बी माइनस थ्री टू जा सिक्स सैवन ए प्लस सैवन बी। हुण जिवें कि मैं थोनू पिछले एदे विच भी दस्या कि असी इक्वैलिटी नू जिहड़ी ए ते बी नू हल करना तां असी इधरले पासे ले आवांगे तां जदों भी इक्वैलिटी तो असी लै के आउने आगे दूजे पासे तां साइन जिहड़ी प्लस दी उहने माइनस दी हो जाणा ते जिहड़ी माइनस दी आ उहने जा के उधर प्लस दी उत्थे जीरो हो गया। हुण देखो सैव नाइन ए दे विच्चों माइनस दे सत्त ए घटाए आ गया दो ए फिर जमा दे तीन बी ते माइनस दे सत्त बी। एक जदों नंबर माइनस का होवे एक प्लस का होवे तो उन्होंने प्लस माइनस माइनस हो जाती है तो निशान वड्डी रकम उहदे नाल दा लगता तो यह आ गया माइनस दे चार बी। तो हुण आ जिहड़ा माइनस दे छे पिया इहनूं आपां इक्वैलिटी तो दूजे पासे लै गए तो यह जाके उत्थे प्लस दा छे बन गया। हुण साडे कोले आ देखो दो समीकरणां बन गईआं। इस समीकरण दे विच जे तां तुहानूं समझ लगदी पई आ तां वेखो सारे किते दो कॉमन आउंदा पिया दो एकम दो दो दूनी चार दो तीए छे तां असी की आ वी सारे जिहड़ी इह समीकरण आ इहनूं जे दो नाल भाग करांगे जां दो सांझा कढ दांगे तां साडे कोले वेखो जे असी इहनूं दो नाल भाग कीता तां दो दी दो नाल भाग होगी एक कल्ला ए रह गया चार दी दो नाल भाग कीती दो बी छे दी कीती तां आ गया तीन। तो हुण साडे कोल आ दो समीकरण जिहड़ियां बन गईआं ये दोनों नूं असी जदों सोल्व करांगे उहदे तो साडे कोल ए ते बी दी वैल्यू आ जिहड़ी ओह आऊगी। असी दोनों समीकरणां नूं इकट्ठा करके लिख लिया। हुण आपां इहनां नूं की करना देखो दोनों समीकरणां नूं जे असी जोड़ना होवे तां आपां एक माइनस दी आ एक प्लस दी आ तां ओह खत्म होगी ठीक है। हुण पांच दे विच्चों जदों आपां दो माइनस किते आ गया तीन बी उवें ही लग गया जीरो विच तीन जोड़े तीन। हुण तीन दी इधर गुणा बी दे नाल दूजे पासे जा के भाग होगी तां साडे कोले बी दी वैल्यू आ जिहड़ी ओह किन्नी आ गई एक। हुण असी ये बी दी वैल्यू नूं इत्थे पुट कर दिंदे आ इस समीकरण दे विच माइनस दे ए जमा पांच बी दी वैल्यू बी पांच बी दा मतलब बी दी पांच दा गुणा तो आपां जदों बी दा मुल भरिया एक तो पांच एकम पांच। हुण माइनस ए पांच बराबर जीरो। हुण असी जमा दे पांच तो जदों उधर लैके जावांगे वह माइनस दे पांच बन जाणगे माइनस ते माइनस आपस च कट्टे गए तो साडे कोले ए दी वैल्यू आ जिहड़ी ओह आ गई फाइव। तो सानू ए ते बी दे मुल पुछे सी ए दी वैल्यू जदों पांच होगी बी दी जदों एक होगी तो इस समीकरण दे अनेक हल होणगे इनफाइनाइट मैनी सल्यूशन होणगे इस समीकरण दे। तो ये सीगा तुहाडा फर्स्ट पार्ट सैकेंड क्वेश्चन। थैंक्स। हुण देखो बेटा क्वेश्चन नंबर सैकेंड दा सैकेंड पार्ट फॉर विच वैल्यू ऑफ के विल द फॉलोइंग पेयर ऑफ लीनियर इक्वेशंस हैव नो सल्यूशन।
ਬਈ ਕੇ ਦੀ ਕਿਹੜਾ ਮੁੱਲ ਅਸੀਂ ਕੇ ਦੀ ਕਿਹੜੀ ਵੈਲਿਊ ਅਸੀਂ ਇੱਥੇ ਭਰੀਏ ਕਿ ਇਹਨਾਂ ਜਿਹੜਾ ਸਮੀਕਰਨ ਦਾ ਸਲਿਊਸ਼ਨ ਆ ਉਹ ਨੋ ਸਲਿਊਸ਼ਨ ਹੋ ਜੇ, ਮਤਲਬ ਕਿ ਉਹਦਾ ਕੋਈ ਹੱਲ ਨਹੀਂ ਹੋਊਗਾ ਉਦੋਂ ਜਦੋਂ ਅਸੀਂ ਕੇ ਦੀ ਵੈਲਿਊ ਪੁੱਟ ਕਰਾਂਗੇ। ਤਾਂ ਜਿਵੇਂ ਕਿ ਪਿਛਲਾ ਸਵਾਲ ਕੀਤਾ ਸੀ ਉਹਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਇਨਫਾਈਨਾਈਟਲੀ ਮੈਨੀ ਸਲਿਊਸ਼ਨ ਹੋਣਗੇ ਏ ਅਤੇ ਬੀ ਦੀ ਕਿਸੇ ਵੀ ਵੈਲਿਊ ਲਈ। ਇਹਦੇ ਵਿੱਚ ਸਾਨੂੰ ਕਹਿਤਾ ਵੀ ਕੇ ਦੀ ਕਿਸ ਵੈਲਿਊ ਦੇ ਲਈ ਨੋ ਸਲਿਊਸ਼ਨ ਹੋਊਗਾ। ਤਾਂ ਇਹਦਾ ਮਤਲਬ ਅਸੀਂ ਇਹਨੂੰ ਪਹਿਲੇ ਅਜ਼ਿਊਮ ਕਰਕੇ ਚੱਲ ਪੈਣਾ ਕਿ ਇਸ ਸਮੀਕਰਨ ਦਾ ਨੋ ਸਲਿਊਸ਼ਨ ਆ। ਤਾਂ ਨੋ ਸਲਿਊਸ਼ਨ ਦੀ ਕੰਡੀਸ਼ਨ ਕੀ ਹੁੰਦੀ ਆ? ਏ ਵਨ ਓਵਰ ਏ ਟੂ ਇਜ਼ ਇਕੁਅਲ ਟੂ ਬੀ ਵਨ ਓਵਰ ਬੀ ਟੂ ਨੋਟ ਇਕੁਅਲ ਟੂ ਸੀ ਵਨ ਓਵਰ ਸੀ ਟੂ। ਤਾਂ ਹੁਣ ਵਾਰ ਵਾਰ ਦੱਸਣ ਦੀ ਜ਼ਰੂਰਤ ਨਹੀਂ ਕਿ ਏ ਵਨ ਅਤੇ ਏ ਟੂ ਆ ਜਿਹੜੇ ਉਹ ਐਕਸ ਦੇ ਕੋਫੀਸ਼ੈਂਟ ਆ। ਤਾਂ ਪਹਿਲੀ ਸਮੀਕਰਨ ਦੇ ਵਿੱਚ ਐਕਸ ਦਾ ਕੋਫੀਸ਼ੈਂਟ ਆ 3, ਦੂਜੀ ਸਮੀਕਰਨ ਦੇ ਵਿੱਚ ਐਕਸ ਦਾ ਕੋਫੀਸ਼ੈਂਟ ਆ 2k-1 ਬਰਾਬਰ। ਫਿਰ ਬੀ ਵਨ ਪਹਿਲੀ ਸਮੀਕਰਨ ਦੇ ਵਿੱਚ ਵਾਈ ਦਾ ਕੋਫੀਸ਼ੈਂਟ ਕਿੰਨਾ 1 ਅਤੇ ਬੀ ਟੂ k-1। ਫਿਰ ਨੋਟ ਇਕੁਅਲ ਟੂ ਸੀ ਵਨ, ਸੀ ਵਨ ਹੈਗਾ ਸਾਡੇ ਕੋਲ 1 ਅਤੇ ਸੀ ਟੂ ਹੈਗਾ 2k+1। ਹੁਣ ਦੇਖੋ ਅਸੀਂ ਕੀ ਕਰਾਂਗੇ, ਜਿਹੜੀਆਂ ਸਾਨੂੰ ਦੋ ਸਮੀਕਰਨਾਂ ਬਰਾਬਰ ਦਿੱਤੀਆਂ ਗਈਆਂ ਪਹਿਲਾਂ ਅਸੀਂ ਉਹਨਾਂ ਨੂੰ ਬਰਾਬਰ ਰੱਖ ਕੇ ਵੇਖ ਲੈਂਦੇ ਹਾਂ, ਸਾਡੇ ਕੋਲ ਉੱਥੋਂ ਹੀ ਜਿਹੜੀ ਕੇ ਦੀ ਵੈਲਿਊ ਆ ਉਹ ਆ ਜਾਊਗੀ। ਇਹਨੂੰ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊ ਕਿ ਇਹਨਾਂ ਦੀ ਕ੍ਰੋਸ ਮਲਟੀਪਲੀਕੇਸ਼ਨ ਹੋਊਗੀ, 3 ਦੀ ਗੁਣਾ ਹੋ ਜੂ k-1 ਨਾਲ ਅਤੇ 1 ਦੀ ਗੁਣਾ ਹੋ ਜੂਗੀ 2k-1 ਨਾਲ। ਠੀਕ ਹੈ, ਹੁਣ ਆਪਾਂ ਅੰਦਰ ਗੁਣਾ ਕਰ ਦਾਂਗੇ 3k-3 ਬਰਾਬਰ 1 ਦੀ ਗੁਣਾ ਕੀਤੀ 2k-1। ਹੁਣ ਮੈਥਡ ਤੁਹਾਨੂੰ ਪਤਾ ਹੀ ਆ, ਕੇ ਨੂੰ ਅਸੀਂ ਲੈ ਆਈਏ 2k ਨੂੰ ਇੱਧਰਲੇ ਪਾਸੇ ਆ ਕੇ ਮਾਈਨਸ ਦੇ 2k ਬਣ ਗਿਆ। ਹੁਣ ਉੱਧਰ -1 ਪਹਿਲਾਂ ਹੀ ਪਿਆ ਸੀ, ਮਾਈਨਸ ਦੇ 3 ਉੱਧਰ ਜਾ ਕੇ ਜਮ੍ਹਾਂ ਦੇ 3 ਬਣ ਗਏ। ਹੁਣ 3k ਵਿੱਚੋਂ 2k-1 ਕੀਤੇ ਤਾਂ ਜਦੋਂ 3k ਦੇ ਵਿੱਚੋਂ 2k ਆਪਾਂ ਮਾਈਨਸ ਕਰਾਂਗੇ ਆ ਜੂਗਾ 1k, ਜਿਹਨੂੰ ਕਿ ਅਸੀਂ ਇਕੱਲਾ ਕੇ ਵੀ ਲਿਖ ਸਕਦੇ ਹਾਂ। ਅਤੇ ਪਲੱਸ ਮਾਈਨਸ ਹੋ ਗਏ ਮਾਈਨਸ, 3 ਵਿੱਚੋਂ 1 ਮਾਈਨਸ ਕੀਤਾ ਆ ਗਿਆ 2। ਤਾਂ ਇਹਦਾ ਮਤਲਬ ਜਦੋਂ ਕੇ ਦੀ ਵੈਲਿਊ ਆ ਜਿਹੜੀ ਉਹ 2 ਹੋਊਗੀ ਤਾਂ ਉਦੋਂ ਇਸ ਸਮੀਕਰਨ ਦਾ ਨੋ ਸਲਿਊਸ਼ਨ ਹੋਊਗਾ।